ਹੈਲੋ ਦੋਸਤੋ ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਪਟਵਾਰੇ ਲਈ ਪੰਜਾਬੀ ਗ੍ਰਾਮਰ ਦਾ ਤੀਜਾ ਟੋਪਿਕ ਜੋ ਕਿ ਹੈ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਤਾਂ ਚਲੋ ਦੇਖਦੇ ਆਂ ਇਹਦੀ ਕੀ ਪਰਿਭਾਸ਼ਾ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ 2016 ਦੇ ਵਿੱਚ ਜਿਹੜਾ ਪੰਜਾਬ ਪਟਵਾਰੀ ਦਾ ਪੇਪਰ ਆਇਆ ਸੀ ਉਹਦੇ ਵਿੱਚ ਇਸ ਟੋਪਿਕ ਤੋਂ ਵੀ ਕੁਐਸਚਨ ਆਇਆ ਹੈ ਜੋ ਕਿ ਆਪਾਂ ਵੀਡੀਓ ਦੇ ਐਂਡ ਵਿੱਚ ਡਿਸਕਸ ਕਰਾਂਗੇ ਪਹਿਲਾਂ ਆਪਾਂ ਇਸ ਬਾਰੇ ਥੋੜੇ ਨੋਲੇਜ ਗੇਨ ਕਰਦੇ ਆਂ ਕਿ ਕਿਰਿਆ ਵਿਸ਼ੇਸ਼ਣ ਹੁੰਦਾ ਕੀ ਹੈ ਉਹਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਤੇ ਉਹ ਕਿਹੜੇ-ਕਿਹੜੇ ਉਹਦੇ 8 ਪ੍ਰਕਾਰ ਨੇ ਠੀਕ ਹੈ ਫਿਰ ਆਪਾਂ ਦੇਖਦੇ ਆਂ ਕਿ ਇਹਦੇ ਨਾਲ ਰਿਲੇਟਿਡ 2016 ਦੇ ਵਿੱਚ ਕਿਹੜਾ ਕੁਐਸਚਨ ਆਇਆ ਸੀ ਤੇ ਆਪਾਂ ਉਹਨੂੰ ਸੋਲਵ ਕਰ ਪੰਨੇ ਆ ਕਿ ਨਹੀਂ ਤਾਂ ਚਲੋ ਸਟਾਰਟ ਕਰਦੇ ਆਂ ਕਿਰਿਆ ਵਿਸ਼ੇਸ਼ਣ ਜਿਹੜਾ ਸ਼ਬਦ ਕਿਰਿਆ ਦੇ ਹੋਣ ਦਾ ਸਮਾਂ, ਸਥਾਨ, ਕਾਰਨ ਜਾਂ ਢੰਗ ਦੱਸੇ ਉਸਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ। ਠੀਕ ਹੈ? ਉਹ ਸ਼ਬਦ ਜਿੱਥੋਂ ਆਪਾਂ ਨੂੰ ਪਤਾ ਲੱਗੇ ਕਿ ਕੋਈ ਕੰਮ ਕਿਹੜੇ ਸਮੇਂ ਤੇ ਹੋ ਰਿਹਾ ਹੈ, ਕਿਹੜੇ ਸਥਾਨ ਤੇ ਹੋ ਰਿਹਾ ਹੈ, ਉਸ ਕਰ ਉਸ ਕੰਮ ਨੂੰ ਕਿਉਂ ਕਰਿਆ ਜਾ ਰਿਹਾ ਹੈ, ਕੀ ਕਾਰਨ ਹੈ, ਉਸ ਕੰਮ ਨੂੰ ਕਰਨ ਦਾ ਜਾਂ ਕਿਸ ਢੰਗ ਨਾਲ ਉਸ ਕੰਮ ਨੂੰ ਕੀਤਾ ਜਾ ਰਿਹਾ ਹੈ, ਉਹਨੂੰ ਆਪਾਂ ਕੀ ਕਵਾਂਗੇ? ਕਿਰਿਆ ਵਿਸ਼ੇਸ਼ਣ। ਜਿਵੇਂ ਕਿ ਸੂਮਨ ਹੋਲੀ ਤੁਰਦੀ ਹੈ। ਇਸ ਦੇ ਵਿੱਚ ਹੋਲੀ ਮਤਲਬ ਇਹ ਢੰਗ ਦੱਸਿਆ ਜਾ ਰਿਹਾ ਕਿ ਉਹ ਕਿਸ ਢੰਗ ਨਾਲ ਤੁਰਦੀ ਹੈ ਸੁਮਨ ਸੁਮਨ ਹੌਲੀ ਤੁਰਦੀ ਹੈ ਤਾਂ ਹੌਲੀ ਕੀ ਹੋ ਗਿਆ ਕਿਰਿਆ ਵਿਸ਼ੇਸ਼ਣ ਦੈਨ ਹਰਮਨ ਤੇਜ਼ ਭੱਜਦਾ ਹੈ ਇਹਦੇ ਵਿੱਚ ਤੇਜ਼ ਤੇਜ਼ ਕੀ ਹੋ ਗਿਆ ਕਿਰਿਆ ਵਿਸ਼ੇਸ਼ਣ ਕਮਲ ਉੱਚੀ ਹੱਸਦਾ ਹੈ ਉੱਚੀ ਕੀ ਹੋ ਗਿਆ ਕਿਰਿਆ ਵਿਸ਼ੇਸ਼ਣ ਠੀਕ ਹੈ ਇਹਨਾਂ ਵਾਕਾਂ ਵਿੱਚ ਹੌਲੀ ਤੇਜ਼ ਉੱਚੀ ਇਹ ਸਭ ਸ਼ਬਦ ਕਿਹੜੇ ਨੇ ਕਿਰਿਆ ਵਿਸ਼ੇਸ਼ਣ ਨੇ ਹੁਣ ਦੇਖਦੇ ਆਪਾਂ ਕਿ ਕਿਰਿਆ ਵਿਸ਼ੇਸ਼ਣ ਦੇ ਕਿੰਨੇ ਆ ਟਾਈਪਸ ਨੇ ਕਿੰਨੇ ਪ੍ਰਕਾਰ ਨੇ ਕਿਰਿਆ ਵਿਸ਼ੇਸ਼ਣ ਅੱਠ ਪ੍ਰਕਾਰ ਦਾ ਹੁੰਦਾ ਹੈ ਕਾਲਵਾਚਕ ਸਥਾਨਵਾਚਕ ਪ੍ਰਕਾਰਵਾਚਕ ਕਾਰਨਵਾਚਕ ਪਰਿਮਾਨਵਾਚਕ ਸੰਖਿਆਵਾਚਕ ਨਿਰਨੇਵਾਚਕ ਤੇ ਨਿਸ਼ਚੇਵਾਚਕ ਠੀਕ ਹੈ ਹੁਣ ਆਪਾਂ ਇਹਨੂੰ ਥੋੜੀ ਡਿਟੇਲ ਚ ਦੇਖਦੇ ਹਾਂ ਕਿ ਇਹ ਅੱਠ ਪ੍ਰਕਾਰ ਦੇ ਜਿਹੜੇ ਕਿਰਿਆ ਵਿਸ਼ੇਸ਼ਣ ਨੇ ਇਹ ਐਕਚੁਅਲ ਜ ਹੈ ਕੀ ਸਭ ਤੋਂ ਪਹਿਲਾ ਹੈ ਕਾਲਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦ ਕਿਰਿਆ ਦੇ ਹੋਣ ਦਾ ਸਮਾਂ ਦੱਸਦੇ ਹਨ ਕਾਲ ਮੀਨਸ ਸਮਾਂ ਠੀਕ ਹੈ ਜਿਨਾਂ ਸ਼ਬਦਾਂ ਤੋਂ ਆਪਾਂ ਨੂੰ ਇਹ ਪਤਾ ਲੱਗੇ ਕਿ ਕੋਈ ਕੰਮ ਕਿਹੜੇ ਸਮੇਂ ਤੇ ਹੋ ਰਿਹਾ ਹੈ ਅੱਜ ਹੋਇਆ ਸੀ ਕੱਲ ਹੋਊਗਾ ਜਾਂ ਬੀਤੇ ਹੋਏ ਕੱਲ ਨੂੰ ਹੋਇਆ ਸੀ ਪਰਸੋਂ ਹੋਊਗਾ ਸਵੇਰੇ ਹੋਊਗਾ ਸ਼ਾਮ ਨੂੰ ਹੋਊਗਾ ਕੋਈ ਕੰਮ ਤਾਂ ਕੋਈ ਕੰਮ ਦੇ ਹੋਣ ਦਾ ਸਮਾਂ ਜਿੱਥੋਂ ਪਤਾ ਲੱਗਦਾ ਹੈ ਉਹਨਾਂ ਸ਼ਬਦਾਂ ਨੂੰ ਕਹਿੰਦੇ ਹਨ ਕਾਲਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਕੱਲ ਪਰਸੋਂ ਠਹਿਰ ਕੇ ਹੁਣੇ ਸਵੇਰੇ ਕਦੇ-ਕਦੇ ਆਦੀ ਠੀਕ ਹੈ ਨੈਕਸਟ ਇਜ਼ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਜੀਨਾ ਸ਼ਬਦਾਂ ਤੋਂ ਆਪਾਂ ਨੂੰ ਇਹ ਪਤਾ ਲੱਗੇ ਕਿ ਕੋਈ ਕੰਮ ਕਿਹੜੇ ਸਥਾਨ ਤੇ ਹੋ ਰਿਹਾ ਹੈ ਕਮਰੇ 'ਚ ਹੋ ਰਿਹਾ ਹੈ ਬਾਹਰ ਹੋ ਰਿਹਾ ਹੈ ਉੱਪਰ ਹੋ ਰਿਹਾ ਹੈ ਅੱਗੇ ਹੋ ਰਿਹਾ ਅੰਦਰ ਹੋ ਰਿਹਾ ਹੈ ਘਰੇ ਹੋ ਰਿਹਾ ਹੈ ਰਸਤੇ 'ਚ ਹੋ ਰਿਹਾ ਹੈ ਸੜਕ ਤੇ ਹੋ ਰਿਹਾ ਹੈ ਇਹ ਸਭ ਚੀਜ਼ਾਂ ਕੀ ਨੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਜਿਥੋਂ ਆਪਾਂ ਨੂੰ ਇਹ ਪਤਾ ਲੱਗੇ ਕਿ ਕੋਈ ਕੰਮ ਕਿੱਥੇ ਕੀਤਾ ਜਾ ਰਿਹਾ ਹੈ ਜਿਹੜੇ ਸ਼ਬਦ ਕਿਰਿਆ ਦੇ ਹੋਣ ਦਾ ਸਥਾਨ ਦੱਸਦੇ ਹਨ ਉਹਨਾਂ ਨੂੰ ਕਹਿੰਦੇ ਹਨ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਉੱਪਰ ਅੱਗੇ ਅੰਦਰ ਬਾਹਰ ਘਰੇ ਰਸਤੇ ਵਿੱਚ ਸੱਜੇ ਆਦੀ ਠੀਕ ਹੈ ਥਰਡ ਇਜ਼ ਪ੍ਰਕਾਰਵਚਕ ਕਿਰਿਆ ਵਿਸ਼ੇਸ਼ਣ ਪ੍ਰਕਾਰਵਚਕ ਕਿਰਿਆ ਵਿਸ਼ੇਸ਼ਣ ਮੀਨਸ ਕੀ ਕੋਈ ਕੰਮ ਕਿਵੇਂ ਕੀਤਾ ਜਾ ਰਿਹਾ ਹੈ ਉਸ ਦਾ ਢੰਗ ਪਤਾ ਲੱਗਿਆ ਆਪਾਂ ਨੂੰ ਉਹਨੂੰ ਕਹਿੰਦੇ ਹਨ ਪ੍ਰਕਾਰਵਚਕ ਕਿਰਿਆ ਵਿਸ਼ੇਸ਼ਣ ਜਿਸ ਜਿਹੜੇ ਸ਼ਬਦ ਕਿਰਿਆ ਦੇ ਹੋਣ ਦਾ ਢੰਗ ਜਾਂ ਪ੍ਰਕਾਰ ਦੱਸਣ ਉਹਨਾਂ ਨੂੰ ਪ੍ਰਕਾਰਵਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਿ ਇੰਜ ਇਸ ਤਰ੍ਹਾਂ ਹੋਲੀ ਭੱਜ ਕੇ ਆਦੀ ਠੀਕ ਹੈ ਪ੍ਰਕਾਰ ਜਿਵੇਂ ਕਿ ਉਹ ਹੋਲੀ ਭੱਜ ਰਿਹਾ ਹੈ ਤਾਂ ਹੋਲੀ ਕੀ ਹੋ ਗਿਆ ਉਪਰ ਕਾਰਵਾਚਕ ਕਿਰਿਆ ਵਿਸ਼ੇਸ਼ਣ ਉਸ ਵਿੱਚ ਦੱਸਿਆ ਜਾ ਰਿਹਾ ਕਿ ਕੋਈ ਕੰਮ ਹੋਲੀ ਹੋ ਰਿਹਾ ਹੈ ਜਾਂ ਤੇਜ਼ ਹੋ ਰਿਹਾ ਹੈ ਨੈਕਸਟ ਇਜ਼ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਕੀ ਹੈ ਜਿਦੇ ਵਿੱਚ ਆਪਾਂ ਨੂੰ ਇਹ ਪਤਾ ਲੱਗੇ ਜਿਹੜੇ ਸ਼ਬਦ ਕਿਰਿਆ ਦੇ ਹੋਣ ਦਾ ਕਾਰਨ ਦੱਸਣ ਕਿ ਕੋਈ ਕੰਮ ਕਿਉਂ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਆਪਾਂ ਕਿੰਨੇ ਹਨ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਕਿ ਇਸ ਲਈ ਤਾਂ ਕਰਕੇ ਕਿਉਂਕਿ ਠੀਕ ਹੈ ਮੈਂ ਇਸ ਲਈ ਪੜ ਰਹੀ ਹਾਂ ਕਿਉਂਕਿ ਮੈਂ ਫਰਸਟ ਆਣਾ ਚਾਹੁੰਦੀ ਹਾਂ ਤਾਂ ਇਹਦੇ ਵਿੱਚ ਇਸ ਲਈ ਇਸ ਲਈ ਵਰਡ ਕਿਉਂਕਿ ਵਰਡ ਇਹ ਸਭ ਕੀ ਨੇ ਕਾਰਨ ਵਚਕ ਕਿਰਿਆ ਵਿਸ਼ੇਸ਼ਣ ਨੈਕਸਟ ਇਜ਼ ਪਰਿਮਾਨ ਵਚਕ ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦ ਕਿਰਿਆ ਦੀ ਮਿੰਤੀ ਸਮਿਕਦਾਰ ਜਾਂ ਪਰਿਮਾਨ ਦੱਸਦੇ ਹਨ ਕੀ ਕੋਈ ਕੰਮ ਕਿੰਨੀ ਵਾਰ ਕੀਤਾ ਜਾ ਰਿਹਾ ਹੈ ਜਾਂ ਕਿਵੇਂ ਕੀਤਾ ਜਾ ਰਿਹਾ ਹੈ ਉਹਨੂੰ ਕਹਿੰਦੇ ਹਨ ਪਰਿਮਾਨ ਵਚਕ ਕਿਰਿਆ ਵਿਸ਼ੇਸ਼ਣ ਜਿਵੇਂ ਥੋੜਾ ਕਾਫੀ ਇੰਨਾ ਭਾਰਾ ਪੋਰਾਕ ਜਰਕ ਇਹਨਾਂ ਨੂੰ ਆਪਾਂ ਕੀ ਕਵਾਂਗੇ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਨੈਕਸਟ ਇਜ਼ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕੀ ਹੈ ਜਿਹੜੇ ਸ਼ਬਦ ਕਿਰਿਆ ਦੀ ਗਿਣਤੀ ਜਾਂ ਦੋਹਰਾਵ ਬਾਰੇ ਦੱਸਣ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ ਕਿ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਦੁਬਾਰਾ ਵਾਰ-ਵਾਰ ਇੱਕ-ਇੱਕ ਦੋ-ਦੋ ਆਦਿ ਉਸ ਤੋਂ ਬਾਅਦ ਕੀ ਹੈ ਸੈਵਨਥ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਨਿਰਣਾ ਕਰਦੇ ਹਨ ਉਹਨਾਂ ਨੂੰ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਨੇ ਜਿਵੇਂ ਠੀਕ ਹੈ ਜੀ ਚੰਗਾ ਜੀ ਆਦਿ ਫਿਰ ਹੈ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦਾਂ ਤੋਂ ਕਿਰਿਆ ਬਾਰੇ ਨਿਸ਼ਚੇ ਜਾਂ ਵਿਸ਼ਵਾਸ ਤੇ ਭਾਵ ਪ੍ਰਗਟ ਹੋਣ ਉਹਨਾਂ ਨੂੰ ਕਹਿੰਦੇ ਹਨ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਪੱਕਾ ਜ਼ਰੂਰ ਬਿਲਕੁਲ ਆਦਿ ਇਹ ਸਭ ਕੀ ਨੇ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਤਾਂ ਦੋਸਤੋ ਦੇਖੋ ਹੁਣ 2016 ਵਿੱਚ ਪੰਜਾਬ ਪਟਵਾਰੀ ਦੇ ਪੇਪਰ ਵਿੱਚ ਕਿਹੜਾ ਕੁਐਸਚਨ ਆਇਆ ਸੀ ਕਿਰਿਆ ਵਿਸ਼ੇਸ਼ਣ ਨਾਲ ਰਿਲੇਟਡ ਆਪਾਂ ਦੇਖਦੇ ਹਾਂ ਤਾਂ ਦੇਖੋ ਇੱਥੇ 5th ਕੁਐਸਚਨ ਆਇਆ ਹੋਇਆ ਹੈ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਤਾਂ ਹੁਣੇ ਆਪਾਂ ਕੀ ਪੜਿਆ ਕਿਰਿਆ ਵਿਸ਼ੇਸ਼ਣ ਦੀਆਂ 8 ਕਿਸਮਾਂ ਹੁੰਦੀਆਂ ਹਨ ਹੁਣੇ ਆਪਾਂ ਇਹਦੇ 8 ਪ੍ਰਕਾਰ ਪੜੇ ਹਨ ਤਾਂ ਇਸ ਤਰ੍ਹਾਂ ਜੇ ਆਪਾਂ ਇਦਾਂ ਦੇ ਟੌਪਿਕ ਪ੍ਰੀਪੇਅਰ ਕਰਕੇ ਜਾਂਦੇ ਹਾਂ ਤਾਂ ਆਪਾਂ ਕੁਐਸਚਨ ਸੋਲਵ ਕਰ ਸਕਾਂਗੇ ਪੰਜਾਬੀ ਗ੍ਰਾਮਰ ਨਾਲ ਰਿਲੇਟਡ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਕਰੋ ਐਂਡ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਥੈਂਕ ਯੂ